ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ। ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਆਏ ਹਾਂ ਜੀ ਗਿੱਲ ਕਾਰ ਬਾਜ਼ਾਰ। ਅਗਰ ਤੁਸੀਂ ਮੇਰੇ ਬੈਕ ਸਾਈਡ ਤੇ ਦੇਖੋ ਤਾਂ ਜੀ ਉਹ ਹੈਗਾ ਕੋਟਪੂਰਾ ਬਾਈਪਾਸ, ਜਾਂ ਤੁਸੀਂ ਲੁਧਿਆਣਾ ਫਿਰੋਜ਼ਪੁਰ ਰੋਡ ਕਹਿ ਸਕਦੇ ਹੋ। ਤੇ ਅਗਰ ਮੇਰੇ ਤੁਸੀਂ ਬੈਕ ਸਾਈਡ ਤੇ ਦੇਖੋ ਤਾਂ ਇਹ ਕੋਟਪੂਰਾ ਫਲਾਈਓਵਰ ਹੈ। ਫਲਾਈਓਵਰ ਤੋਂ ਉੱਧਰ ਦੇ ਸਾਰ ਬਿਲਕੁਲ ਨਾਲ ਹੈਗਾ ਆਪਣਾ ਗਿੱਲ ਕਾਰ ਬਾਜ਼ਾਰ। ਇੱਥੇ ਆਪਣੇ ਕੋਲ ਮਰੂਤੀ, ਸਵਿਫਟ, ਸੈਂਟਰੋ, ਜਿਹਨਾਂ ਨੇ ਘੱਟ ਬਜਟ 'ਚ ਗੱਡੀ ਲੈਣੀ ਹੈ ਉਹ ਵੀ ਮਿਲ ਜਾਏਗੀ। ਤੇ ਅਗਰ ਤੁਸੀਂ ਦੇਖਣਾ ਚਾਹੋ ਤਾਂ ਮੇਰੇ ਇਸ ਸਾਈਡ ਤੇ ਥਾਰ, ਸਕੋਰਪੀਓ, ਐਲਟੋ, ਸਵਿਫਟ, ਵੈਗਨਾਰ ਇਹ ਸਭ ਖੜੀਆਂ ਨੇ। ਸੋ ਮੈਂ ਵੀਰੇ ਨਾਲ ਤੁਹਾਨੂੰ ਮਿਲਾਉਣਾ ਤੇ ਜਿਹੜੀ ਗੱਡੀਆਂ ਡਿਟੇਲ ਦਾ ਮੈਂ ਤੁਹਾਨੂੰ ਦੇਣਾ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਲੈ ਕੇ ਆਉਣ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ। ਭਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ, ਆਪਣੀ ਫਰਮ ਦਾ ਨਾਮ ਤੇ ਆਪਣਾ ਐਡਰੈਸ ਦੱਸ ਦਿਓ। ਮੇਰਾ ਭਾਜੀ ਨਾਮ ਹੈਗਾ ਜੈਤ ਸਿੰਘ ਗਿੱਲ, ਤੇ ਜਿਵੇਂ ਭਾਈ ਨੇ ਤੁਹਾਨੂੰ ਦੱਸਿਆ ਵਾ ਆਪਣਾ ਸਾਹਮਣੇ ਦਫ਼ਤਰ ਆ ਗਿੱਲ ਕਾਰ ਬਾਜ਼ਾਰ। ਠੀਕ ਹੈ ਜੀ। ਹਾਂਜੀ। ਤੇ ਭਾਜੀ ਆਪਣਾ ਮੋਬਾਈਲ ਨੰਬਰ? 8556006300। ਤੇ ਭਾਜੀ ਆਪਣੇ ਕੋਲ ਜਿਹੜੀਆਂ ਗੱਡੀਆਂ ਨੇ ਕਿੱਥੋਂ ਸਟਾਰਟ ਕਰੀਏ? ਆਪਣੇ ਕੋਲ ਥਾਰ ਤੋਂ ਸਟਾਰਟ ਹੁੰਦੀ ਹੈ। ਚਲੋ, ਸਭ ਤੋਂ ਪਹਿਲਾਂ ਭਾਜੀ ਆਪਾਂ ਲੈ ਕਰੇ ਥਾਰ। ਸਭ ਤੋਂ ਪਹਿਲਾਂ ਤਾਂ ਭਾਜੀ ਦੱਸੋ ਇਹ ਥਾਰ ਜਿਹੜੀ ਮੋਡੀਫਾਈ ਵਾਲੀ ਉਹ ਹੈ ਜਾਂ ਮੋਡੀਫਾਈ ਵਾਲੀ ਹੈ ਵੀਰੇ? ਇਹ ਮੋਡੀਫਾਈ ਵਾਲੀ। ਦਿਓ ਭਾਜੀ ਡਿਟੇਲ ਦਿੰਦੇ ਹਾਂ। ਇਹ ਵੀਰੇ ਮੋਡੀਫਾਈ ਵਾਲੀ ਹੈ, 2005 ਮਾਡਲ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਗੱਡੀ ਦਾ ਨੰਬਰ ਹੀ ਦੇਖ ਸਕਦੇ ਹੋ, 03AA808088। ਬਲੈਕ ਕਲਰ, ਬਲੈਕ ਕਲਰ ਅਲੋਏ ਟਾਇਰ ਪਾਏ ਹੋਏ ਨੇ, ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਹੋਈ ਹੋਈ ਹੈ। ਅਗਰ ਮੈਂ ਤੁਹਾਨੂੰ ਦਿਖਾਉਣਾ ਚਾਹਾਂ ਤਾਂ ਗੱਡੀ ਅੰਦਰੋਂ ਵੀ ਬਹੁਤ ਵਧੀਆ ਕੰਡੀਸ਼ਨ 'ਚ ਗੱਡੀ ਤਿਆਰ ਹੋਈ ਹੋਈ ਹੈ। ਅਗਰ ਮੈਂ ਤੁਹਾਨੂੰ ਦਿਖਾਉਣਾ ਚਾਹਾਂ ਤਾਂ ਗੱਡੀ ਸਭ ਤੋਂ ਪਹਿਲਾਂ ਤਾਂ ਅੰਦਰੋਂ ਵੀ ਜਿਹੜਾ ਲੇਟੈਸਟ ਮਾਡਲ ਦਾ ਡੈਸ਼ਬੋਰਡ ਹੈ ਉਹ ਹੈ, ਪਲੱਸ ਤੁਸੀਂ ਦੇਖਣਾ ਚਾਹੋ ਤਾਂ ਸਨਰੂਫ ਵੀ ਲੱਗੀ ਹੋਈ ਹੈ। ਠੀਕ ਹੈ, ਸੀਟਸ ਜਿਹੜੀਆਂ ਨੇ ਬਿਲਕੁਲ ਲੇਟੈਸਟ ਮਾਡਲ 'ਚ, ਬਹੁਤ ਹੀ ਮਿੰਟ ਕੰਡੀਸ਼ਨ 'ਚ ਗੱਡੀ ਰੈਡੀ ਹੋਈ ਹੈ। ਸਕਰੀਨ ਵੀ ਲੱਗੀ ਹੋਈ ਹੈ ਬਹੁਤ ਹੀ ਵਧੀਆ ਕੰਡੀਸ਼ਨ 'ਚ। ਹੁਣ ਮੈਂ ਤੁਹਾਨੂੰ ਵੀਰੇ ਤੋਂ ਇਸ ਗੱਡੀ ਦੀਆਂ ਜਿਹੜੀਆਂ ਡਿਟੇਲਸ ਆ ਉਹ ਤੁਹਾਨੂੰ ਲੈ ਕੇ ਦਿੰਦਾ ਵਾਂ। ਦਿਓ ਭਾਜੀ ਡਿਟੇਲ। ਹਾਂਜੀ ਵੀਰ ਜੀ, ਇਹ ਜਿਵੇਂ ਤੁਸੀਂ ਦੇਖ ਰਹੇ ਹੋ ਗੱਡੀ 2005 ਮਾਡਲ ਆ। ਠੀਕ ਹੈ ਜੀ। 2027 ਤੱਕ ਪਾਸ ਆ ਇਹ। ਠੀਕ ਹੈ। ਇਹ ਤੁਹਾਨੂੰ ਗੱਡੀ ਮਿਲ ਜੂਗੀ 5 ਲੱਖ ਰੁਪਏ 'ਚ। ਠੀਕ ਹੈ ਜੀ। ਫਸਟ ਓਨਰ ਵੀਰੇ? ਇਹ ਵੀਰੇ ਸੈਕਿੰਡ ਓਨਰ ਆ। ਸੈਕਿੰਡ ਓਨਰ। ਕਿੰਨਾ ਚੱਲੀ ਹੋਈ ਆ ਇਹ? ਚੱਲੀ ਤਕਰੀਬਨ ਹੈਗੀ ਆ 65,000 ਵਿੱਚ। ਭਾਜੀ ਜਿਹੜੇ ਪ੍ਰਾਈਸ ਆਪਾਂ ਦੱਸ ਰਹੇ ਹਾਂ ਉਹ ਵੱਧ ਘੱਟ ਹੋ ਜਾਣਗੇ ਥੋੜੇ? ਹੋ ਜੂਗੇ। ਪ੍ਰਾਈਸ ਜਿਹੜਾ ਮੁੱਕੇ ਤੇ ਜਿਹੜਾ ਥੋੜਾ ਬਹੁਤਾ ਨੈਗੋਸ਼ੀਏਟ ਹੋ ਜਾਏਗਾ। ਠੀਕ ਹੈ ਜੀ। 2005 ਮਾਡਲ ਹੈ, 27 ਤੱਕ ਆਲਰੇਡੀ ਦੀ ਪਾਸਿੰਗ ਹੋਈ ਵੀ ਹੈ। 5 ਲੱਖ ਰੁਪਏ ਡਿਮਾਂਡ ਹੈ। ਇਸ ਤੋਂ ਅੱਗੇ ਆਉਂਦੀ ਆਪਣੇ ਕੋਲ ਸਕੋਰਪੀਓ। ਸਕੋਰਪੀਓ ਆ ਗਈ। ਠੀਕ ਹੈ ਜੀ। 2006 ਮਾਡਲ। ਠੀਕ ਹੈ। HR ਨੰਬਰ ਆ। ਠੀਕ ਹੈ। ਪੰਜਾਬ 'ਚ ਫਾਜ਼ਿਲਕਾ ਨਾਮ ਹੋਈ ਵੀ ਗੱਡੀ ਇਹ। ਪੰਜਾਬ ਫਾਜ਼ਿਲਕਾ ਦੀ ਐਨਓਸੀ ਆਲਰੇਡੀ ਕੱਟੀ ਹੋਈ ਹੈ। ਹਾਂਜੀ। ਠੀਕ ਹੈ ਜੀ। ਕਿੰਨੇ ਕਿਲੋਮੀਟਰ ਚੱਲੀ ਵੀਰੇ? ਇਹ ਤਕਰੀਬਨ 1 ਲੱਖ ਚੱਲੀ ਹੈ। 1 ਲੱਖ ਚੱਲੀ ਹੈ। ਤੇ ਓਨਰ? ਓਨਰ ਇਹ ਹੈਗੀ ਆ 3rd ਓਨਰ। 3rd ਓਨਰ ਹੈ, ਪੰਜਾਬ ਨੰਬਰ ਲੱਗਣ ਕਰਕੇ 3rd ਓਨਰ। ਠੀਕ ਹੈ ਜੀ। ਤੇ ਡਿਮਾਂਡ ਵੀਰੇ? ਡਿਮਾਂਡ ਇਹਦੀ ਹੈਗੀ ਆ 2 ਲੱਖ ਰੁਪਏ ਵੀਰੇ। 2 ਲੱਖ ਰੁਪਏ ਡਿਮਾਂਡ ਹੈ। ਇਸ ਤੋਂ ਅੱਗੇ? ਇਸ ਤੋਂ ਅੱਗੇ ਆ ਗਈ ਆ ਅਲਟੋ ਕਾਰ ਆ ਗਈ 2010 ਮਾਡਲ। ਠੀਕ ਹੈ ਜੀ। ਅਲਟੋ 2010 ਮਾਡਲ UP ਨੰਬਰ ਦੀ ਆ। ਐਨਓਸੀ ਇਹਦੀ ਵੀ ਅਵੇਲੇਬਲ ਹੈ ਜੀ। ਐਨਓਸੀ ਭਾਜੀ ਇਹਦੀ ਆਲਰੇਡੀ ਕੱਟੀ ਹੋਈ ਹੈ ਜਾਂ ਕਿਸੇ ਵੀ ਸ਼ਹਿਰ ਦੀ ਕਟਵਾ ਸਕਦੇ? ਇਹ ਵੀਰ ਜੀ ਜਿਹੜੀ ਐਨਓਸੀ ਹੁੰਦੀ ਆ ਜਿਹੜੇ ਮਰਜ਼ੀ ਸ਼ਹਿਰ ਦੀ ਆ, ਤੁਸੀਂ ਜਿੱਥੋਂ ਮਰਜ਼ੀ ਨੰਬਰ ਲਵਾ ਸਕਦੇ ਹੋ। ਠੀਕ ਹੈ। ਵੈਸੇ ਇਸ ਟਾਈਮ ਦੀ ਐਨਓਸੀ ਕੱਟੀ ਹੋਈ ਜਾਂ ਨਹੀਂ? ਇਸ ਟਾਈਮ ਮੇਰੀ ਐਨਓਸੀ ਆਈ ਵੀ ਆ। ਕਿਹੜੇ ਸ਼ਹਿਰ ਦੀ? ਇਹਦੀ ਮੋਗੇ ਦੀ ਆ। ਮੋਗੇ ਦੀ ਐਨਓਸੀ ਕੱਟੀ ਹੋਈ ਹੈ? ਹਾਂਜੀ। ਠੀਕ ਹੈ ਜੀ। ਤੇ ਓਨਰ ਵੀਰੇ? ਇਹ ਓਨਰ ਜਦੋਂ 50 ਨੰਬਰ ਲੱਗ ਗਿਆ ਔਰ ਫਸਟ ਓਨਰ ਹੋਣੀ ਹੈ ਗੱਡੀ। ਮਤਲਬ ਜਦੋਂ 50 ਨੰਬਰ ਲੱਗ ਗਿਆ ਔਰ ਫਸਟ ਓਨਰ ਗੱਡੀ ਆ, ਉਸ ਹਿਸਾਬ ਨਾਲ ਫਸਟ ਓਨਰ ਹੀ ਹੋਊਗੀ। ਕੀ ਡਿਮਾਂਡ ਵੀਰੇ ਦੀ? ਇਹਦੀ 1.5 ਲੱਖ ਰੁਪਏ ਵੀਰੇ। ਤੇ ਮਾਡਲ? ਮਾਡਲ 2 ਕਿਲੋਮੀਟਰ ਚੱਲੀ। ਇਹ ਚੱਲੀ ਹੈ ਤਕਰੀਬਨ 90,000। 90,000 ਕਿਲੋਮੀਟਰ ਚੱਲੀ ਹੋਈ ਤਾਂ ਮਾਡਲ 1.5 ਲੱਖ ਰੁਪਏ ਦਾ। ਹਾਂਜੀ। ਠੀਕ ਹੈ ਜੀ। ਇਸ ਤੋਂ ਅੱਗੇ ਵੀਰ ਜੀ? ਇਹ ਆ ਗਈ 2007 ਮਾਡਲ। 2007 ਮਾਡਲ ਮਹਿਰੂਨ ਕਲਰ, ਪੰਜਾਬ PB 29, ਲੋਕਲ ਮੋਗਾ ਨੰਬਰ। ਰੀਨਲ ਮੋਗਾ ਨੰਬਰ। ਠੀਕ ਹੈ ਜੀ। ਇਹ ਚੱਲੀ ਹੈ ਤਕਰੀਬਨ 1,10,000। ਠੀਕ ਹੈ ਜੀ। ਇਹ ਫਸਟ ਓਨਰ ਆ। ਠੀਕ ਹੈ ਜੀ। ਇਹ ਗੱਡੀ ਮਿਲ ਜੂਗੀ ਆਪਾਂ ਨੂੰ 1,30,000 ਦੀ। 1,30,000 ਦੀ। ਮਾਡਲ ਕਿਹੜਾ? ਮਾਡਲ 2007 LX। 2007 LX ਵਿਦਆਊਟ ਪਾਵਰ ਸਟੀਅਰਿੰਗ। ਹਾਂਜੀ। ਠੀਕ ਹੈ ਜੀ। ਇਸ ਤੋਂ ਅੱਗੇ? ਇਸ ਤੋਂ ਅੱਗੇ ਆ ਗਈ ਵੈਗਨਾਰ। ਠੀਕ ਹੈ ਜੀ। ਦਿੱਲੀ ਨੰਬਰ? ਦਿੱਲੀ ਨੰਬਰ। ਇਹਦੀ ਵੀ ਐਨਓਸੀ ਮਿਲ ਜੂਗੀ। ਠੀਕ ਹੈ ਜੀ। 2006 ਮਾਡਲ ਹੈ ਵਿਦ CNG। ਠੀਕ
ਸੀਐਨਜੀ ਆਰ ਕੇ ਅਪਰੂਵਡ ਹੈ? ਆਰ ਕੇ ਅਪਰੂਵਡ, ਠੀਕ ਹੈ। ਤੋ ਆਰ ਕੇ ਅਪਰੂਵਡ ਹੈ ਸੀਐਨਜੀ ਹਾਂਜੀ। 2006 ਮਾਡਲ ਆ, ਠੀਕ ਹੈ। ਇਹ ਗੱਡੀ ਦੇ ਦਾਂਗੇ ਤੁਹਾਨੂੰ 100,000 ਰੁਪਏ ਦੀ। ਇਸ ਤੋਂ ਅੱਗੇ ਇਹ ਆ ਗਿਆ ਸਵਿਫਟ 2010 ਮਾਡਲ। 2010 ਮਾਡਲ, ਠੀਕ ਹੈ ਜੀ। ਇਹਨੂੰ ਨੰਬਰ ਇਹਨੂੰ ਹਰਿਆਣੇ ਤੋਂ ਲੱਗਿਆ ਹੋਇਆ ਹੈ। ਕਿਲੋਮੀਟਰ ਚੱਲੀ ਹੋਈ ਹੈ ਵੀਰੇ ਦਾ ਕਹਿਣ ਦਾ ਮਤਲਬ ਜਿਹੜਾ ਹੈਗਾ ਇਹ ਗੱਡੀ ਪੰਜਾਬ ਨੰਬਰ ਦੇ ਹਿਸਾਬ ਨਾਲ ਫਸਟ ਓਨਰ ਹੈ, ਵੈਸੇ ਇਹ ਸੈਕਿੰਡ ਓਨਰ ਹੈ, ਠੀਕ ਹੈ। ਅਗਰ ਤੁਸੀਂ ਮਤਲਬ ਹਰਿਆਣੇ ਤੋਂ ਗੱਡੀ ਜਦੋਂ ਪੰਜਾਬ ਨੰਬਰ ਕਾਪੀ ਲੱਗਦੀ ਹੈ ਤਾਂ ਓਨਰ ਚੇਂਜ ਹੋ ਜਾਂਦਾ ਵਾ, ਠੀਕ ਹੈ। ਅਗਰ ਕਸਟਮਰ ਖੁਦ ਰੱਖਦਾ ਤਾਂ ਉਸੇ ਨਾਂ ਦੇ ਕਾਪੀ ਬਣ ਜਾਂਦੀ, ਓਨਰ ਚੇਂਜ ਹੋ ਜਾਂਦਾ। ਇਸ ਤੋਂ ਕੀ ਵੀਰ ਜੀ ਇਹ ਹੈਗੀ ਹੈ ਸਵਿਫਟ VDI, ਠੀਕ ਹੈ। ਇਹ ਹੈਗੀ ਹੈ 2014 ਮਾਡਲ, ਠੀਕ ਹੈ ਜੀ। ਡਿਵਨ ਹੈਗੀ ਆ 1,20,000, ਠੀਕ ਹੈ। ਸਾਡਾ ਇੱਥੇ ਖਾਸ ਇਹੀ ਹੋਊਗਾ, ਸਾਡਾ ਯਾਨੀ ਕੋਈ ਮੀਟਰ ਬੈਕ ਨਹੀਂ ਹੋਊਗਾ, ਠੀਕ ਹੈ ਜੀ। ਸਾਡੇ ਇਹ ਖਾਸ ਹੋਊਗਾ, ਤੁਸੀਂ ਜਿਹੜੇ ਵੀ ਮਰਜ਼ੀ ਗੱਡੀ ਦਾ ਜਿੱਥੋਂ ਮਰਜ਼ੀ ਚੈੱਕ ਕਰਾ ਸਕਦੇ ਹੋ, ਠੀਕ ਹੈ। ਮੀਟਰ ਉਹੀ ਹੋਊਗਾ, ਮੀਟਰ ਰੀਡਿੰਗ ਜੋ ਵੀ ਹੈਗੀ ਆ, ਪਹਿਲੀ ਗੱਲ ਤੁਸੀਂ ਕੰਪਨੀ ਰਿਕਾਰਡ ਚੈੱਕ ਕਰਾਉਣਾ, ਤੁਸੀਂ ਉਹ ਚੈੱਕ ਕਰਾ ਸਕਦੇ ਹੋ, ਠੀਕ ਹੈ ਜੀ। ਤੇ ਓਨਰ ਭਾਜੀ ਇਹ ਵੀ ਜਦੋਂ 50 ਨੰਬਰ ਲੱਗ ਗਿਆ ਫਸਟ ਓਨਰ ਹੋ ਜਾਣੀ ਆ। ਤੇ ਕੀ ਡਿਮਾਂਡ ਭਾਜੀ ਦੀ? ਇਹਦੀ ਵੀਰ ਜੀ ਨੰਬਰ ਲਵਾ ਕੇ ਦੇ ਦਾਂਗੇ 4,50,000 ਰੁਪਇਆ। ਨੰਬਰ ਲਵਾ ਕੇ 50 ਦਾ? ਹਾਂਜੀ, ਠੀਕ ਹੈ। ਇਹ ਗੱਡੀ ਤੁਹਾਨੂੰ 4,50,000, 4,50,000। ਇਸ ਤੋਂ ਅੱਗੇ ਆ ਗਈ ਵੀਰ ਜੀ ਮਰੂਤੀ ਕਾਰ 2005 ਮਾਡਲ, ਠੀਕ ਹੈ। ਇਹਨੂੰ ਵੀ ਜਮਾਂ ਓਕੇ ਕੰਡੀਸ਼ਨ ਚ ਇਹ, ਠੀਕ ਹੈ, ਪੂਰੀ ਚਾਲੂ ਕੰਡੀਸ਼ਨ ਆ, ਠੀਕ ਹੈ। ਇਹ 2005 ਮਾਡਲ 02 ਇੰਜਨ ਨੌਨ ਏਸੀ ਆ, ਠੀਕ ਹੈ। ਕਿੰਨੇ ਕਿਲੋਮੀਟਰ ਚੱਲੀ ਇਹ? ਚੱਲੀ ਤਕਰੀਬਨ 90,000, ਠੀਕ ਹੈ ਜੀ। ਡਿਮਾਂਡ? ਡਿਮਾਂਡ ਇਹ ਦੇ ਦਾਂਗੇ ਆਪਾਂ 75,000 ਰੁਪਏ ਦੀ। ਓਨਰ ਵੀਰੇ? ਓਨਰ ਸੈਕਿੰਡ, ਸੈਕਿੰਡ ਓਨਰ, ਠੀਕ ਹੈ ਜੀ। ਉਸ ਤੋਂ ਅੱਗੇ ਆਂਦੀ ਵੀ ਆਪਣੇ ਕੋਲੇ ਸੈਂਟਰੋ 2006 ਮਾਡਲ ਆ, ਠੀਕ ਹੈ, ਵਿਦ ਸੀਐਨਜੀ ਆ, ਇਸ ਤੋਂ ਅੱਗੇ ਆ ਗਈ ਇੰਡਿਕਾ ਕਾਰ 2005 ਮਾਡਲ, ਠੀਕ ਹੈ ਜੀ। ਇਹ ਡਿਵਨ ਹੈਗੀ ਆ ਤਕਰੀਬਨ 85,000, ਠੀਕ ਹੈ ਜੀ। ਇਹਦੇ ਵੀ ਟਾਇਰ ਨਵੇਂ ਆ ਸਾਰੇ, ਅਪੋਲੋ ਦੇ ਟਾਇਰ ਆ। ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਟਾਇਰ ਬਿਲਕੁਲ ਨਵੇਂ ਨੇ, ਠੀਕ ਹੈ ਜੀ। ਕਿੰਨੇ ਕਿਲੋਮੀਟਰ ਚੱਲੀ ਵੀਰੇ? ਇਹ ਚੱਲੀ ਹੈ ਤਕਰੀਬਨ ਵੀਰੇ 85,000। ਡਿਮਾਂਡ? ਡਿਮਾਂਡ ਇਹਦੀ ਹੈਗੀ ਹੈ ਵੀਰੇ 60,000 ਰੁਪਇਆ, ਠੀਕ ਹੈ ਵੀਰ ਜੀ। ਇਸ ਤੋਂ ਕਿਹੜੀ ਗੱਡੀ ਆ ਜੀ ਆਪਣੇ ਕੋਲ? ਇਸ ਤੋਂ ਅੱਗੇ ਆ ਗਈ ਆਪਣੇ ਕੋਲ ਪੈਟਰੋਲ ਸਵਿਫਟ ZXI ਵਿਦ CNG, ZXI ਵਿਦ CNG, ਆਰਸੀ ਅਪਰੂਵਡ, ਠੀਕ ਹੈ ਜੀ। ਇੱਥੇ ਜਿਹੜੀ CNG ਤੁਹਾਨੂੰ ਕਾਰ ਮਿਲੂਗੀ ਆਰਸੀ ਅਪਰੂਵਡ ਹੋਊਗੀ, ਠੀਕ ਹੈ ਜੀ। ਇਹ ਚੱਲੀ ਹੈ ਤਕਰੀਬਨ 1,20,000, ਠੀਕ ਹੈ। ਇਹ ਤੁਹਾਨੂੰ ਗੱਡੀ ਦੇ ਦਾਂਗੇ 1,80,000 ਦੀ, ਠੀਕ ਹੈ ਜੀ। ਹਾਂਜੀ, ਇਸ ਤੋਂ ਅੱਗੇ? ਇਸ ਤੋਂ ਅੱਗੇ ਆ ਗਈ ਵੀਰੇ ਸਵਿਫਟ VDI 2013 ਮਾਡਲ, ਠੀਕ ਹੈ ਜੀ। ਇਹ ਡਰਿਵਨ ਹੈਗੀ ਆ 80,000, ਠੀਕ ਹੈ। ਮਿਊਜ਼ਿਕ ਪਲੇਅਰ ਵਧੀਆ ਲੱਗਿਆ ਹੋਇਆ ਵਾ, ਠੀਕ ਹੈ। ਫਸਟ ਓਨਰ? ਇਹ ਸੈਕਿੰਡ ਓਨਰ ਆ, ਸੈਕਿੰਡ ਓਨਰ ਹੈ, ਠੀਕ ਹੈ ਜੀ। ਕੀ ਡਿਮਾਂਡ ਕਰਦੇ ਪਏ ਆ? ਇਹਦੀ ਗੱਡੀ ਤੁਹਾਨੂੰ ਮਿਲੂਗੀ 3,80,000 ਦੀ, 3,80,000 ਰੁਪਏ ਡਿਮਾਂਡ। ਮਾਡਲ ਵੀਰੇ? ਮਾਡਲ 2013, 2013, ਠੀਕ ਹੈ ਵੀਰੇ। ਇਸ ਤੋਂ ਅੱਗੇ? ਇਸ ਤੋਂ ਬਾਅਦ ਆਪਣੇ ਕੋਲ ਆ ਗਈ ਮਰੂਤੀ ਕਾਰ 2001 ਮਾਡਲ, ਠੀਕ ਹੈ ਜੀ। ਇਹ 01 ਇੰਜਨ ਆ, ਠੀਕ ਹੈ। ਇਹ ਵੀ ਡਿਵਨ ਤਕਰੀਬਨ 100,000+, ਠੀਕ ਹੈ ਜੀ। ਤੇ ਆਪਾਂ ਤੁਹਾਨੂੰ ਗੱਡੀ ਦੇ ਦਾਂਗੇ 55,000 ਰੁਪਏ, ਠੀਕ ਹੈ। ਫਸਟ ਓਨਰ ਵੀਰੇ? ਸੈਕਿੰਡ ਓਨਰ, ਸੈਕਿੰਡ ਓਨਰ ਹੈ। 55,000 ਰੁਪਏ ਦੀ ਮਰੂਤੀ PB29 ਲੋਕਲ ਪੰਜਾਬ ਦਾ ਨੰਬਰ, ਹਾਂਜੀ। ਸੋ ਅੱਜ ਦੀ ਵੀਡੀਓ 'ਚ ਬਸ ਇੰਨਾ ਹੀ। ਕਿਸੇ ਵੀ ਮੇਰੇ ਵੀਰ ਨੇ ਕੋਈ ਗੱਡੀਆਂ ਦੀ ਡਿਟੇਲਸ ਲੈਣੀ ਹੈ, ਨੰਬਰ ਤੁਹਾਨੂੰ ਡਿਸਪਲੇ 'ਤੇ ਵੀ ਮੈਨਸ਼ਨ ਹੋਇਆ ਹੋਇਆ, ਪਲੱਸ ਡਿਸਕ੍ਰਿਪਸ਼ਨ 'ਚ ਵੀ ਦਿੱਤਾ ਹੋਇਆ ਹੋਇਆ। ਕੋਈ ਵੀ ਗੱਡੀ ਦੀ ਡਿਟੇਲਸ ਲੈਣੀ ਤੁਸੀਂ ਵੀਰੇ ਨੂੰ ਕੰਟੈਕਟ ਕਰ ਸਕਦੇ ਹੋ। ਅਤੇ ਭਾਅ ਜੀ ਇੱਥੇ ਆਪਾਂ 7 ਦਿਨ ਹੁੰਦੇ ਹਾਂ, ਇੱਥੇ ਆਪਾਂ ਰੋਜ਼ ਹੁੰਦੇ ਵੀਰੇ, ਠੀਕ ਹੈ। ਅਤੇ ਵੀਰੇ ਕਾਲ ਦੀ ਟਾਈਮਿੰਗ ਕੀ ਰਹੂਗੀ? ਕਾਲ ਦੀ ਟਾਈਮਿੰਗ ਆਹੀ 9 ਤੋਂ 7 ਵਜੇ ਤੱਕ, 8 ਵਜੇ ਤੱਕ। ਸਵੇਰੇ 9 ਤੋਂ ਸ਼ਾਮ ਦੇ 7 ਤੋਂ 8 ਵਜੇ ਦੇ ਵਿੱਚ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਕਿਸੇ ਵੀ ਗੱਡੀ ਦੀ ਡਿਟੇਲ ਲੈਣੀ ਤੁਹਾਨੂੰ ਵਟਸਐਪ 'ਤੇ ਫੋਟੋਆਂ ਵਗੈਰਾ ਜੀ ਸਾਰੀਆਂ ਮਿਲ ਜਾਣਗੀਆਂ, ਠੀਕ ਹੈ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਡਿਟੇਲ ਚਾਹੀਦੀਆਂ ਵੀਰਾਂ ਨੂੰ ਕੰਟੈਕਟ ਕਰ ਸਕਦੇ ਹੋ। ਸੋ ਅੱਜ ਦੀ ਵੀਡੀਓ 'ਚ ਬਸ ਇੰਨਾ ਹੀ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।